मातम दी तस्वीर इको शहर के दो घर दियां ने जिथे शराब पीण दे नाल दो व्यक्तियों की मौत हुई है ते परिवारां दे वलों जहरीली शराब का खदशा जाहिर किया गया है। रो रो बेहाल होए परिवारां ने पुलिस तो जांच की मांग की है। ये तस्वीर समाणा पातड़ा इलाके दियां ने। एक पासे तो समाणा दे ही पिंड मौलवी दे विच मिठू सिंह जो कि मजदूरी का काम करता सी अते काम करन तो बाद शराब पी के आया, जिस तो बाद उसकी सेहत खराब हो गई, उसनू उल्टियां लग गईं। मिठू नू हस्पताल ले जाया गया पर उत्थे ही उसकी मौत हो गई। परिवार ने शक जाहिर किया है कि जो शराब मिठू ने पीती वो जहरीली सी। दूजी घटना पातड़ा दे सुंदर बस्ती इलाके दे विच वापरी है जिथे जगवीर सिंह नाम दे व्यक्ति की मौत हुई है। जगवीर दे जीजे ने दस्या है कि वह पातड़ा दे विच उसके नाल ही सी ते शराब कितों लैके आया सी जो उसने पीती ते उस तो बाद ही उसकी मौत हो गई। दोवां ही परिवारां दे वल्लों पुलिस तो जांच की मांग की जा रही है। परिवारां दा कहना है कि उन्हां दे घरां दे जी तां चले गए ने, किसी होर दा ना चला जाए, इसलिए पुलिस नूं पूरी तरह दे नाल ठेकियां दी जांच करनी चाहिए है ते शराब दे भी सैंपल लैने चाहिए ने। उधर पुलिस दे वल्लों भी लाशां नूं कब्जे च लिया गया है, पोस्टमार्टम करवा के वारसां दे हवाले कर दिता गया है ते अगे दी जांच की जा रही है। ਉਹ ਸ਼ਾਮ ਨੂੰ ਕੰਮ ਤੋਂ ਆਏ ਨੇ ਜੀ। ਕੀ ਕੰਮ ਕਰਦੇ ਸੀ? ਉਹ ਖੇਤੀਬਾੜੀ ਦਾ ਕੰਮ ਕਰਦੇ ਨੇ, ਕਿਸੇ ਦੇ ਸਰੀਰ ਵਾਲੇ ਹੋਈ ਸਖੇਤਾਂ ਚਲੇ ਗਏ ਸੀ। ਹਮਚੜੀ ਪਿੰਡ ਲਵੇ ਪਿੰਡ ਹੈ ਜੀ, ਮੌਲਵੀਆਲ ਦੇ, ਉੱਥੇ ਲੱਗੇ ਹੋਏ ਸੀ ਜੱਟਾਂ ਦੇ ਜ਼ਿਮੀਂਦਾਰਾਂ ਦੇ ਜੀ। ਸ਼ਾਮ ਨੂੰ ਆਏ ਨੇ ਅਤੇ ਦਾਰੂ ਦੂਰੂ ਪੀਤੀ ਹੋਈ ਸੀ ਜੀ। ਆਏ ਤਾਂ 8-9 ਵਜੇ ਦਾ ਟਾਈਮ ਸੀ ਤਕਰੀਬਨ, ਅਤੇ ਰੋਟੀ ਪਾਣੀ ਖਾਧੀ ਨਹੀਂ, ਇੱਦਾਂ ਹੀ ਸੋ ਗਏ। ਸਵੇਰੇ ਉੱਠੇ ਉਲਟੀਆਂ ਉਲਟੀਆਂ ਲੱਗੀਆਂ ਨੇ, ਅਤੇ ਉਸ ਤੋਂ ਬਾਅਦ ਸੈਟਿੰਗ ਨਹੀਂ ਆਈ ਉਹਨਾਂ ਦੀ, ਦਵਾਈ ਦਵੂਈ ਦਵਾਤੀ, ਲੇਕਿਨ ਕੋਈ। ਤੁਹਾਨੂੰ ਕੀ ਲੱਗਦਾ ਵੀ ਕੀ ਕਾਰਨ ਬਣਿਆ ਮੌਤ ਦਾ? ਕਾਰਨ ਤਾਂ ਇਹੀ ਲੱਗਦਾ ਵੀ ਸ਼ਰਾਬ ਦੇ ਨਾਲ ਹੀ ਹੋਈ ਹੈ। ਕਿਸੇ ਸ਼ਰਾਬ ਕਹਿੰਦੇ ਤੁਸੀਂ ਜਿਹੜੀ ਅੱਜ ਕੱਲ੍ਹ 2 ਨੰਬਰ ਚੱਲ ਰਹੀ ਹੈ ਇਸੇ ਸ਼ਰਾਬ ਕਰਕੇ? ਪਹਿਲਾਂ ਵੀ ਪੀਂਦੇ ਰਹਿੰਦੇ, ਕਦੇ ਕਦੇ ਪਹਿਲਾਂ ਕਦੇ, ਇੱਦਾਂ ਦਾ ਕੁਛ ਨਹੀਂ ਹੋਇਆ ਜੀ। ਇਸੇ ਵਾਰ ਕਿਉਂ ਹੋਇਆ ਜੀ ਇਹ ਚੀਜ਼ ਜੀ? ਇਹ ਨਹੀਂ ਪਤਾ ਕਿੱਥੋਂ ਲਈ ਸੀ ਸ਼ਰਾਬ? ਨਹੀਂ, ਇਹ ਕੁਛ ਨਹੀਂ ਪਤਾ ਕਿੱਥੋਂ ਲਈ ਸੀ ਕਿੱਥੋਂ ਨਹੀਂ ਜੀ। ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਵੀ ਕਿੱਥੋਂ ਲੈ ਕੇ ਆਏ? ਸਾਰੀ ਜਾਂਚ ਮੰਗਦੇ ਹੋ ਜੀ? ਮੰਗਦੇ ਹਾਂ ਬਿਲਕੁਲ, ਜਾਂਚ ਮੰਗਦੇ, ਸਾਡਾ ਇਨਸਾਫ ਮਿਲੇ ਸਾਨੂੰ ਜੀ। ਇਨਕੁਆਰੀ ਹੋਣੀ ਚਾਹੀਦੀ? ਹਾਂਜੀ, ਇਨਕੁਆਰੀ ਹੋਣੀ ਚਾਹੀਦੀ ਹੈ ਸਾਰੀ A to Z। ਠੀਕ ਹੈ ਜੀ, ਸਾਨੂੰ ਮਿਲਣਾ ਚਾਹੀਦਾ ਸਾਰਾ ਇਨਸਾਫ ਜੀ। ਮਿੱਠੂ ਸਿੰਘ ਕੱਲ੍ਹ ਰਾਤ ਆਪਦਾ ਦਿਹਾੜੀ ਦੱਪੇ ਦਾ ਕੰਮ ਕਰਦਾ, ਮਜ਼ਦੂਰੀ ਕਰਦਾ ਹੈ, ਕੰਮ ਤੋਂ ਆਇਆ ਸੀ ਅਤੇ ਉਹਨਾਂ ਨੇ ਡਰਿੰਕ ਥੋੜ੍ਹੀ ਕੀਤੀ ਹੋਈ ਸੀਗੀ, ਅਤੇ ਦਿਨ ਜਦੋਂ ਚੜ੍ਹਿਆ ਤਾਂ ਉਹਨਾਂ ਦੀ ਸਿਹਤ ਵਿਗੜ ਗਈ, ਅਤੇ ਵਿਗੜਨ ਤੋਂ ਬਾਅਦ ਘਰ ਦੇ ਦੇਸੀ ਇਲਾਜ ਲਈ ਉਹਨਾਂ ਕੋਈ ਜੜੀ ਬੂਟੀ ਵਗੈਰਾ ਦਿੱਤੀ, ਬਟ 5 ਵਜੇ ਨੂੰ ਜਦੋਂ ਸਿਹਤ ਜ਼ਿਆਦਾ ਵਿਗੜ ਗਈ ਤਾਂ ਉਹਨਾਂ ਦੀ ਮੌਕੇ 'ਤੇ ਹੀ ਡੈਥ ਹੋ ਗਈ। ਕਾਰਨ ਕੀ ਲੱਗਦਾ ਤੁਹਾਨੂੰ ਸ਼ਰਾਬ? ਹਾਂ, ਪਰਿਵਾਰ ਦੇ ਦੱਸਣ ਮੁਤਾਬਕ ਜ਼ਹਿਰੀਲੀ ਸ਼ਰਾਬ, ਉਲਟੀ ਆਉਣ ਕਰਕੇ ਚੱਕਰ ਆਉਣ ਕਰਕੇ ਡਿੱਗਿਆ। ਨਹੀਂ, ਉਲਟੀਆਂ ਕੀ ਦੱਸਿਆ? ਕੀ ਕਿਸ ਕਰਕੇ ਆਈ? ਹੈਂ, ਕਿਸ ਕਾਰਨ ਉਲਟੀ? ਕੀ ਕਰਕੇ ਗਿਆ ਸੀ ਘਰ? ਇੱਕ ਦਿਨ ਪਹਿਲਾਂ ਦਾਰੂ ਪੀਤੀ, ਰੋਟੀ ਰੱਟੀ ਖਾਏ ਬਿਨਾਂ ਸੋ ਗਿਆ ਜੀ। ਕਿੱਥੋਂ ਪੀ ਕੇ ਆਇਆ ਦਾਰੂ, ਦੱਸ ਰਿਹਾ ਪਰਿਵਾਰ? ਦਾਰੂ ਦਾ ਨਹੀਂ ਪਤਾ ਜੀ, ਉਹ ਤਾਂ ਬਾਹਰੋਂ ਪੀ ਗਿਆ। ਬਿਆਨ ਕਿਹਦੇ ਲਿਖੇ ਆ? ਉਹਦੇ ਲੜਕੇ ਦੇ। ਕੀ ਨਾਮ? ਲੜਕੇ ਦਾ ਨਾਮ ਹੈਗਾ ਸਤਨਾਮ ਸਿੰਘ।